ਦੇ ਪ੍ਰੋਗਰਾਮ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਆਪਣੀ ਮਾਸੀ, ਸਾਡੇ ਸਾਰਿਆਂ ਦੀ ਮਾਸੀ, ਯਾਨੀ ਕਿ ਗੁਲਾਬੋ ਮਾਸੀ, ਮੈਡਮ ਰਿਸ਼ੀ ਹੋਣਾ ਦੇ ਨਾਲ। ਰਿਸ਼ੀ ਜੀ, ਤੁਹਾਡਾ ਸਾਡੇ ਪ੍ਰੋਗਰਾਮ ਸਵਾਗਤ। ਬਹੁਤ ਬਹੁਤ ਸ਼ੁਕਰੀਆ ਨਤਾਸ਼ਾ ਜੀ। ਜੀ, ਮੇਰੇ ਵੱਲੋਂ ਵਿਜ਼ਨ ਆਫ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਕੀ ਗੱਲ ਹੈ, ਪੂਛ ਰਹੇ ਰਹਿਣਾ ਮੱਲਾ, ਓਏ ਕਿਧਰੇ ਕੁਛ ਪੀਤੋ ਨਾਲ ਤਾਂ ਨਹੀਂ? ਪੀਤੋ ਦਾ ਇਹ ਟੇਕਾ ਲੱਗਦਾ ਹੈ। ਪਾਲ ਦੀ ਪੜੋਸ ਦੀ ਮਾਈ ਮਰ ਗਈ, ਕਿਹੜੇ ਤਰਲਿਆਂ ਨਾਲ ਮੈਂ ਉਸਨੂੰ ਸਰਦਾਰਨੀ ਦੀ ਹਵੇਲੀ ਚ ਰਖਾਇਆ। ਇਹ ਆ ਗਿਆ ਪੱਕੀ ਪਕਾਈ ਫਸਲ ਵੱਢਣ। ਸੁਣ ਲਿਆ ਤਾਇਆ, ਦਿਖਾਤੀ ਆਪਣੀ ਕਰਤੂਤ, ਮੇਰਾ ਮੱਥਾ ਤਾਂ ਪਹਿਲਾਂ ਹੀ ਠਣਕਦਾ ਸੀ। ਮੂੰਹ ਸੰਭਾਲ ਦੇ ਝੁੱਡੂਆ, ਸੁਪਨੇ ਲੈਂਦਾ ਪੀਤੋ ਦੇ। ਬਿਬਲੀ ਦੇ ਪੱਤ ਅਰਗੀ ਕੁੜੀ ਮੈਂ ਤੈਨੂੰ ਰਿਛ ਨੂੰ ਕਿਵੇਂ ਦੇ ਦਿਆਂ? ਦੱਲੀਏ, ਜੇ ਪੀਤੋ ਮੈਨੂੰ ਨਾ ਮਿਲੀ ਮੈਂ ਤਾਂ ਪੱਟ ਦੂੰ ਧੂੜਾ। ਸੁਣ ਲੈ ਸਾਉਦੀ ਇੱਕ, ਪੀਤੋ ਮੇਰੀ ਹੈ, ਮੈਂ ਆਪਦੀ ਨੂੰ ਵੇਚਾਂ, ਵੱਡਾ ਰੱਖਾਂ, ਟੁੱਕਾਂ, ਜੋ ਮਰਜ਼ੀ ਕਰਾਂ। ਮੈਂ ਮਰ ਭਾਵੇਂ ਜਾਵਾਂ ਪਰ ਕੁੜੀ ਵਾਲ ਕਿਸੇ ਨੂੰ ਝਾਕਣ ਨਹੀਂ ਦਿੰਦੀ। ਰਿਸ਼ੀ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛੂੰਗੀ ਕਿ ਤੁਸੀਂ ਥੀਏਟਰ ਯਾਨੀ ਕਿ ਐਕਟਿੰਗ ਕਰਨ ਬਾਰੇ ਕਿਸ ਤਰ੍ਹਾਂ ਸੋਚਿਆ? ਨਤਾਸ਼ਾ ਜੀ, ਐਸੀ ਤਾਂ ਕੋਈ ਖਾਸ ਗੱਲ ਨਹੀਂ ਹੈ ਜੀ। ਵੀ ਸ਼ੁਰੂ ਤੋਂ ਮੈਨੂੰ ਸ਼ੌਕ ਸੀਗਾ ਜੀ, ਚੁਲਬਲੀ ਹੁੰਦੀ ਸੀ, ਸ਼ਰਾਰਤਾਂ ਕਰਦੀ ਸੀ, ਨਕਲਾਂ ਲਾਉਂਦੀ ਸੀ, ਅਤੇ ਉਹ ਕਰਦੇ ਕਰਦੇ ਫਿਰ ਸਕੂਲ ਵਿੱਚ, ਕਾਲਜ ਵਿੱਚ ਨਾਟਕ ਕਰਨ ਲੱਗ ਗਈ। ਅਤੇ ਫਿਰ 1966 ਵਿੱਚ ਜਦੋਂ ਮੈਂ ਪਟਿਆਲੇ ਐਡਮਿਸ਼ਨ ਲਈ, ਹਰਪਾਲ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਮੈਂ ਨਾਟਕ ਕਰਨੇ ਸ਼ੁਰੂ ਕਰ ਦਿੱਤੇ ਜੀ। ਉਸ ਦਿਨ ਤੋਂ ਲੈ ਕੇ ਫਿਰ ਮੈਨੂੰ ਸ਼ੌਕ ਹੋ ਗਿਆ ਇਸਦਾ, ਬਹੁਤ ਜ਼ਿਆਦਾ ਜੀ। ਸਾਡੇ ਸੱਭਿਆਚਾਰ ਵਿੱਚ, ਪੰਜਾਬੀ ਕਲਚਰ ਵਿੱਚ, ਮੋਸਟਲੀ ਚਾਹੁੰਦੇ ਨੇ ਮਾਂ ਬਾਪ ਕਿ ਜਿਹੜੀ ਸਾਡੀ ਬੇਟੀ ਆ ਟੀਚਰ ਜਾਂ ਨਰਸਿੰਗ ਕਰੇ। ਹਾਂਜੀ, ਤਾਂ ਤੁਸੀਂ ਇਸ ਫੀਲਡ ਨੂੰ ਚੂਜ਼ ਕੀਤਾ, ਤੁਹਾਡੇ ਪੇਰੈਂਟਸ ਦਾ ਇਸ ਬਾਰੇ ਉਹਨਾਂ ਦਾ ਕੀ ਵਿਚਾਰ ਸੀ? ਮੇਰੇ ਪੇਰੈਂਟਸ ਸੀ, ਇਸ ਬਾਰੇ ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ। ਪਹਿਲੀ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਮੈਂ ਜੋ ਕੋਰਸ ਕਰਨ ਜਾ ਰਹੀ ਹਾਂ ਉਹਦੇ ਉਹ ਕਰਕੇ ਪੈਸੇ ਮਿਲਦੇ ਆ ਜਾਂ ਤਨਖਾਹ ਮਿਲਦੀ ਹੈ ਜਾਂ ਨੌਕਰੀ ਮਿਲਦੀ ਹੈ। ਅਤੇ ਪੇਰੈਂਟਸ ਮੇਰੇ ਇੰਨੇ ਭੋਲੇ ਭਾਲੇ ਸੀਗੇ, ਉਹ ਕਹਿੰਦੇ ਸੀ ਵੀ ਸਾਡੀ ਕੁੜੀ ਪੜ੍ਹਦੀ ਹੈ, ਕਿਉਂਕਿ ਅਸੀਂ ਇੰਟੀਰੀਅਰ ਬਠਿੰਡਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਸੀ, ਹੁਣ ਤਾਂ ਮਾਨਸਾ 'ਚ ਆ ਗਿਆ, ਉੱਥੇ ਪੜ੍ਹੇ ਨਹੀਂ, ਬਸ ਕੁੜੀਆਂ ਨੂੰ ਪੜ੍ਹਨ ਵਾਸਤੇ ਭੇਜਦੇ ਸੀ, ਕੀ ਬਣੂੰਗਾ ਅੱਗੇ, ਕੀ ਕਰਨੀ ਹੈ, ਇਹ ਕੁਛ ਵੀ ਸੋਚਦੇ ਸੀ ਜੀ। ਬਸ ਉਸ ਤੋਂ ਬਾਅਦ ਉਹਨਾਂ ਨੇ ਕੁਛ ਸੋਚਿਆ ਨਹੀਂ, ਉਹ ਕਹਿੰਦੇ ਸੀ ਵੀ ਚਲੋ ਡਰਾਮੇ ਕਰਦੀ ਹੈ ਸਾਡੀ ਕੁੜੀ, ਡਰਾਮੇ ਠੀਕ ਹੈ, ਜੇ ਪੜ੍ਹਦੀ ਹੈ ਤਾਂ ਪੜ੍ਹਦੀ ਹੈ, ਠੀਕ ਹੈ। ਹਵੇਲੀ ਦੀ ਸੇਵਾ ਕਰ ਕਰਕੇ ਮੇਰੀ ਪੀਤੋ ਦੀਆਂ ਤਲੀਆਂ ਘਸ ਗਈਆਂ ਤੇ ਤੂੰ ਉਹਨੂੰ ਨੰਗੇ ਪੈਰੀ ਤੋੜਤਾ, ਚੰਗਾ ਨਿਆਮ ਫੋਟ ਜਾ ਵੱਢੀ ਦਿਆ, ਕਲ ਯੁਗ ਆ ਗਿਆ, ਜੈ ਖਾਣੇ ਸਾਧ ਵੀ ਤੀਵੀਆਂ ਨਾਲ ਖਾਂਦੇ ਫਿਰਦੇ ਨੇ, ਬੇ ਮਰੇ ਜੇ ਖਹਿਣਾ ਤਾਂ ਆਪਦੇ ਹਾਣ ਦੇ ਨਾਲ ਖੈ, ਟੁੱਟ ਜਾਣਾ ਮੇਰੀ ਨਾਸ ਹੀ ਡੁਲਾ ਦਿੱਤੀ। ਅਤੇ ਤੁਹਾਡੇ ਕਰੀਅਰ ਦਾ ਇੱਕ ਬਹੁਤ ਮਹੱਤਵਪੂਰਨ ਰੋਲ ਜੋ ਕਿ ਗੁਲਾਬੋ ਮਾਸੀ ਦਾ ਰੋਲ, ਲੌਂਗ ਦਾ ਲਿਸ਼ਕਾਰਾ ਤੋਂ, ਉਸ ਰੋਲ ਤੋਂ ਬਾਅਦ ਬੱਚਾ ਬੱਚਾ ਤੁਹਾਡੇ ਨਾਂ ਤੋਂ ਵਾਕਿਫ ਹੋ ਗਿਆ, ਅਤੇ ਅੱਜ ਵੀ ਤੁਹਾਨੂੰ ਕਿਤੇ ਮਿਲਦੇ ਨੇ ਗੁਲਾਬੋ ਮਾਸੀ ਕਹਿੰਦੇ ਨੇ, ਤਾਂ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ? ਮੈਨੂੰ ਨਤਾਸ਼ਾ ਜੀ ਬਹੁਤ ਚੰਗਾ ਲੱਗਦਾ ਜੀ, ਕਿਉਂਕਿ ਮੈਨੂੰ ਹੁਣ ਐਂ ਲੱਗਦਾ ਕਿ ਵੀ ਇੱਕ ਵਾਰੀ ਮੈਂ ਇੰਨੀ TC 'ਤੇ ਚੜ੍ਹ ਗਈ ਹਾਂ, ਹੁਣ ਭਾਵੇਂ ਮੈਂ ਕੁਛ ਵੀ ਨਾ ਕਰਾਂ ਨਾ ਤਾਂ ਮੇਰੇ ਲਈ ਬਹੁਤ ਜ਼ਿਆਦਾ ਹੈਗਾ। ਪਰਮਾਤਮਾ ਦੀ ਮਿਹਰ ਹੈ ਬੇਟੇ, ਮੈਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ, ਪਰ ਰੱਬ ਨੇ ਮੇਰੇ 'ਤੇ ਬਹੁਤ ਹੀ ਮਿਹਰ ਕੀਤੀ ਹੈ। ਅਤੇ ਦੂਸਰੀ ਗੱਲ, ਜਿੰਨੇ ਵੀ ਮੇਰੇ ਦਰਸ਼ਕ ਨੇ, ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਮੁਕਾਮ 'ਤੇ ਪਹੁੰਚਾਇਆ। ਕੁਆਰੀ ਕੁੜੀ ਹੈ, ਲੋਕ 3900 ਗੱਲਾਂ ਬਣਾਉਣਗੇ ਨਾ, ਮੈਂ ਡੁੱਬੜੀ ਗੁਲਾਬੋ ਕਿਤੇ ਉੱਜੜ ਗਈ ਤੀ, ਤੂੰ ਮੈਨੂੰ ਸੁਨੇਹਾ ਘੱਲਦੀ, ਆਪਾਂ ਰਾਏ ਕਰਦੇ, ਮਾੜਾ ਮੋਟਾ ਲੈਣ ਦੇਣ। ਪਰ ਮੈਂ ਤਾਂ ਕਸਰ ਨਹੀਂ ਛੱਡੀ, ਉਹਦੇ ਸਾਹਮਣੇ ਰੁਪਈਆਂ ਦਾ ਢੇਰ ਲਾ ਦਿੱਤਾ। ਉਹ ਨਿਆਣੀ ਕਾਰ ਵਿਹਾਰ ਕੀ ਜਾਣੇ ਸਰਦਾਰਨੀ, ਤੂੰ ਮੈਨੂੰ ਸਾਦੀ। ਹਾਲੇ ਡੁੱਲੇ ਵੇਰਾਂ ਦਾ ਕੀ ਵਿਗੜਿਆ, ਤੂੰ ਹੁਣ ਦੱਸ ਦੇ, ਮਛੋਰਾਂ ਦੇ ਘਰ ਇਉਂ ਨਹੀਂ ਵਸਦੇ ਸਰਦਾਰਨੀ ਜੀ, ਸੌਦੇ ਹੁੰਦੇ ਨੇ ਸੌਦੇ। ਚੱਲ ਮੇਰੇ ਵੱਲੋਂ ਵੀ ਇਹ ਸੌਦਾ ਸਮਝ, ਬੋਲ ਕਿੰਨਾ ਧਨ ਚਾਹੀਦਾ? ਧਨ ਮੈਂ ਕੀ ਕਰਨਾ ਸਰਦਾਰਨੀ, ਮੈਂ ਕਿਹੜਾ ਵਪਾਰੀ ਆ, ਮੈਨੂੰ ਤਾਂ ਨਿਆਈਆਂ ਵਾਲੇ 4 ਕਿੱਲੇ ਦੇ ਦੇ। ਨਿਆਈਆਂ ਵਾਲੇ 4 ਕਿੱਲੇ? ਬਹੁਤ ਵੱਡੀ ਕੀਮਤ ਮੰਗੀ ਹੈ ਗੁਲਾਬੋ, ਬਹੁਤ ਵੱਡੀ। ਹਵੇਲੀ ਦੇ ਪਰਦੇ ਕੱਜਣ ਲਈ 4 ਕਿੱਲੇ ਤਾਂ ਕੁਛ ਵੀ ਨਹੀਂ ਸਰਦਾਰਨੀ, ਸੱਦ ਪਟਵਾਰੀ, ਲਵਾ ਕਾਗਜ਼ ਤੇ ਗੂਠਾ। ਕਿਉਂ ਦੇ ਆਈ ਪੁੱਠਾ ਗੜਾ? ਬੇ ਸਿੱਟ ਪਰਾ ਪਰਨਾ, ਪਰਾ ਮਾਰ ਚਲਾ ਕੇ ਆ ਹੁੱਕਾ, ਜੱਟਾਂ ਦਾ ਪੁੱਤ ਹੈ, ਕੀ ਵਜ੍ਹਾ ਵਿਗਾੜੀ ਹੈ? ਨਹੀਂ ਤੈਨੂੰ ਤਾਂ ਮੈਂ ਕਦੇ ਚੰਗਾ ਹੀ ਨਹੀਂ ਲੱਗਿਆ। ਜਾ ਕੇ ਸਾਂਭ ਲੈ ਨਿਆਈ ਵਾਲੇ 4 ਕਿੱਲੇ, ਦੇ ਮੁੱਛਾਂ ਨੂੰ ਤਾਓ, ਸਰਦਾਰ ਬਣਾਤਾ ਤੈਨੂੰ। ਬਗਾਨੀ ਸ਼ਾਹ ਤੇ ਮੁੱਛਾਂ ਨੂੰ ਤਾਓ ਦੇਵਾਂ? ਬੇ ਬਗਾਨੀ ਕਾਹਦੀ, ਤੇਰੀ ਹੋ ਗਈ ਡੁੱਚਣਾ, ਸਰਦਾਰਨੀ ਨੇ ਬਚਨ ਕਰਤਾ, ਆਥਣੇ ਵਕੀਲ ਦਾ ਕਾਗਜ਼ ਘਰੇ ਹੀ ਆਜੂ, ਦੇ ਗੁਲਾਬੋ ਨੂੰ ਸੀਸਾ। ਸੌਖਾ ਸੌ ਤੇਰੀ, ਆ ਤਾਂ ਤੂੰ ਬਾਹਲਾ ਹੀ ਚੰਗਾ ਕੀਤਾ ਗੁਲਾਬੋ, ਹੁਣ ਆਪਾਂ ਪੀਤੋ ਦਾ ਵਿਆਹ ਗੱਜ ਵੱਜ ਕੇ ਕਰਾਂਗੇ ਤੇਤੂ ਨਾਲ।
ਤੇ ਮੂੰਹ ਤੇਰੇ ਮੈਂ ਫਿਰਾਂ ਨੱਥ ਕਢਾਉਣ ਨੂੰ ਤੇ ਤੂੰ ਫਿਰੇ ਨੱਕ ਵਢਾਉਣ ਨੂੰ ਫੂਕ ਦੇ ਚਿਲਮ ਤੇਰਾ ਦਿਮਾਗ ਸੁੰਨ ਕਰਤਾ ਸੁਣ ਪੀਤੋ ਬਣੂ ਰਾਜੇ ਦੀ ਰਾਣੀ ਦੇਖੀ ਗੁਲਾਬੋ ਕਿਵੇਂ ਲਾਉਂਦੀ ਹੈ ਸਮਾਨ ਨੂੰ ਟਾਕੀ ਨਹੀਂ ਥੋੜਾ ਇਟ ਵਾਸ ਵੈਰੀ ਮੈਮੋਰੇਬਲ ਰੋਲ ਇਨ ਪੰਜਾਬੀ ਸਿਨੇਮਾ ਹੁਣ ਤਾਂ ਮੈਨੂੰ ਲੱਗਦਾ ਹੈਗਾ ਕਿ ਉਹ ਗੁਲਾਬੋ ਮਾਸੀ ਸ਼ਾਇਦ ਮੈਂ ਨਾ ਹਾਂ ਵੀ ਉਹਦੀ ਫੋਟੋ ਰੱਖ ਕੇ ਮੈਂ ਵੀ ਉਹਦੀ ਪੂਜਾ ਕਰਾਂਗਾ ਆਂਟੀ ਮੈਂ ਕਹਿਣਾ ਚਾਹੂੰਗੀ ਕਿ ਲੌਂਗ ਦਾ ਲਿਸ਼ਕਾਰਾ ਚੰਨ ਪਰਦੇਸੀ ਵਾਲੀਆਂ ਜੋ ਉਸ ਸਮੇਂ ਦੀਆਂ ਪੰਜਾਬੀ ਫਿਲਮਾਂ ਸੀ ਉੱਥੋਂ ਲੈ ਕੇ ਜਿਹੜੀਆਂ ਤੱਕ ਜਿਹੜੀਆਂ ਅੱਜ ਦੀ ਪੰਜਾਬੀ ਫਿਲਮਾਂ ਨੇ ਯਾਨੀ ਕਿ ਯਾਰ ਅਨਮੁੱਲੇ ਲੈ ਲਓ ਜਾਂ ਹੀਰੋ ਹਿਟਲਰ ਇਨ ਲਵ ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਸਿਨੇਮਾ ਦਾ ਕੀ ਭਵਿੱਖ ਹੈ ਹੁਣ ਤਾਂ ਨਤਾਸ਼ਾ ਜੀ ਲੱਗਦਾ ਕਿ ਭਵਿੱਖ ਬਹੁਤ ਅੱਛਾ ਹੈ ਜੀ ਜਿਵੇਂ ਪਹਿਲਾਂ ਇਹ ਫਿਲਮਾਂ ਬਣੀਆਂ ਫਿਰ ਉਸ ਤੋਂ ਬਾਅਦ ਵਰਿੰਦਰ ਜੀ ਨੇ ਬਹੁਤ ਫਿਲਮਾਂ ਕੀਤੀਆਂ ਫਿਰ ਥੋੜ੍ਹਾ ਜਿਹਾ ਗੈਪ ਆ ਗਿਆ ਅਤੇ ਹੁਣ ਆਪਣੇ ਜਿੰਨੇ ਸਿੰਗਰਸ ਹੈਗੇ ਆ ਹੋਰ ਲੋਕਾਂ ਨੇ ਫਿਲਮਾਂ ਸ਼ੁਰੂ ਕੀਤੀਆਂ ਵੀ ਬਹੁਤ ਅੱਛੀਆਂ ਫਿਲਮਾਂ ਬਣ ਰਹੀਆਂ ਔਰ ਹਾਲੀਵੁੱਡ ਬਾਲੀਵੁੱਡ ਨੂੰ ਵੀ ਮਾਤ ਕਰ ਰਹੀ ਜੀ ਬਿਲਕੁਲ ਵੀ ਇੰਨੇ ਅੱਛੇ ਸਟੈਂਡਰਡ ਔਰ ਟੈਕਨੀਕ ਨਾਲ ਬਣ ਰਹੀ ਜੀ ਜੀ ਅਤੇ ਅੱਛਾ ਭਵਿਸ਼ਿਆ ਨਜ਼ਰ ਆ ਰਿਹਾ ਦੈਟਸ ਵੈਰੀ ਗੁੱਡ ਨਾਲ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੂੰਗੀ ਤੁਹਾਡੇ ਇਸ ਬਾਰੇ ਕੈਨੇਡਾ ਦੇ ਟ੍ਰਿਪ ਬਾਰੇ ਹਾਂਜੀ ਪਿਛਲੀ ਵਾਰ ਜਦ ਤੁਸੀਂ ਆਏ ਸੀਗੇ ਤਾਂ ਸਾਡੇ ਦਰਸ਼ਕਾਂ ਲਈ ਬਹੁਤ ਹੀ ਐਜੂਕੇਸ਼ਨਲ ਨਾਟਕ ਧੁੱਖ ਦੇ ਕਲੀਰੇ ਪੇਸ਼ ਕੀਤਾ ਸੀ ਇਸ ਵਿਸ਼ੇ 'ਤੇ ਕਿ ਜਿਹੜੇ ਲੋਕ ਇੰਡੀਆ ਜਾ ਕੇ ਆਪਣੀ ਧੀਆਂ ਨੂੰ ਪੈਸੇ ਦੇ ਕੇ ਵਿਆਹ ਦਿੰਦੇ ਨੇ ਕਿ ਪੂਰਾ ਦਾ ਪੂਰਾ ਪਰਿਵਾਰ ਕੈਨੇਡਾ ਆ ਜਾਵੇ ਇਸ ਵਾਰੀ ਤੁਸੀਂ ਜਿਹੜਾ ਨਾਟਕ ਲੈ ਕੇ ਆਏ ਹੋ ਮਾਂ ਮੈਨੂੰ ਮਾਰੀ ਨਾ ਉਸ ਬਾਰੇ ਗੱਲਬਾਤ ਕਰਦੇ ਹਾਂ ਇਹ ਕਿਸ ਵਿਸ਼ੇ 'ਤੇ ਹੈ ਇਹ ਹੈ ਤਾਂ ਭਰੂਣ ਹੱਤਿਆ 'ਤੇ ਜੀ ਪਰ ਦੱਸਿਆ ਵੀ ਕੁੜੀਆਂ ਨੂੰ ਇਉਂ ਨਾ ਸਮਝੋ ਜਿਵੇਂ ਆਮ ਜ਼ਿੰਦਗੀ ਵਿੱਚ ਆਪਾਂ ਨੂੰ ਸਮਝਿਆ ਜਾਂਦਾ ਹੈ ਵੀ ਇਹ ਕੋਈ ਫਜ਼ੂਲ ਦੀ ਚੀਜ਼ ਹੈ ਜੀ ਇਹਨਾਂ ਦਾ ਕੋਈ ਅਧਿਕਾਰ ਨਹੀਂ ਇਹ ਕੁਛ ਨਹੀਂ ਕਰ ਸਕਦੀਆਂ ਕੁੜੀਆਂ ਕੁਛ ਵੀ ਬਣ ਜਾਣ ਨਤਾਸ਼ਾ ਜੀ ਅੱਜ ਵੀ ਸਾਡੇ ਸਮਾਜ ਨੇ ਉਹਨਾਂ ਨੂੰ ਆਜ਼ਾਦ ਨਹੀਂ ਕੀਤਾ ਜੀ ਉਹਨਾਂ ਸੰਗਲਾਂ ਵਿੱਚ ਹੀ ਜਕੜੀਆਂ ਹੋਈਆਂ ਚਾਹੇ ਕਿੰਨੀਆਂ ਵੀ ਪੜ੍ਹ ਲਿਖ ਗਈਆਂ ਚਾਹੇ ਕਿੰਨੇ ਵੀ ਵੱਡੇ ਵੱਡੇ ਅਹੁਦੇ 'ਤੇ ਪਹੁੰਚ ਗਈਆਂ ਪਰ ਬੋਆਇਜ਼ ਦੇ ਕੰਪੈਰੀਜ਼ਨ 'ਚ ਕੁੜੀਆਂ ਨੂੰ ਫਿਰ ਵੀ ਥੱਲੇ ਸਮਝਿਆ ਜਾਂਦਾ ਹੈ ਜੀ ਪਰ ਅਸੀਂ ਲੋਕਾਂ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਕੁੜੀਆਂ ਨੂੰ ਬਰਾਬਰ ਦੇ ਹੱਕ ਹੈ ਜੀ ਜੰਮਦੇ ਹੀ ਕੁੜੀਆਂ ਨੂੰ ਉਹ ਹੱਕ ਦੇਣੇ ਚਾਹੀਦੇ ਨੇ ਜਿਹੜੇ ਮੁੰਡਿਆਂ ਨੂੰ ਦਿੰਦੇ ਆ ਕਿਉਂ ਇੱਕ ਮਾਂ ਬਾਪ ਦੇ ਘਰ 'ਚ ਪੈਦਾ ਹੋ ਕੇ ਇੱਕੋ ਹੀ ਘਰ ਵਿੱਚ ਰਹਿ ਕੇ ਕੁੜੀਆਂ ਨੂੰ ਬਗਾਨਾ ਧਨ ਕਿਹਾ ਜਾਂਦਾ ਹੈ ਅਤੇ ਮੁੰਡਿਆਂ ਨੂੰ ਸਾਰਾ ਕੁਛ ਦਿੱਤਾ ਜਾਂਦਾ ਹੈ ਕਿਉਂ ਦਿੱਤਾ ਜਾਂਦਾ ਕਿਉਂ ਇਹਨਾਂ ਵਿਤਕਰਾ ਕੀਤਾ ਜਾਂਦਾ ਇਸ ਲਈ ਅਸੀਂ ਜਗਾਉਣਾ ਹੈ ਤੋਤਲੀਆਂ ਗੱਲਾਂ ਕਰਨ ਵਾਲੀ ਇੱਕ ਨਿੱਕੀ ਜੀ ਡਾਲ ਜਿਸ 'ਤੇ ਮੈਂ ਰੰਗ ਬਿਰੰਗੇ ਕੱਪੜੇ ਪਾਵਾਂ ਗੁੱਤਾਂ ਕਰਾਂ ਰੇਬਨ ਬੰਨਾ ਕਲਿੱਪ ਲਾਵਾਂ ਸਜਾ ਸਵਾਰ ਕੇ ਰੱਖਾਂ ਆਪਣੀ ਡਾਲ ਨੂੰ ਸਾਰੇ ਘਰ ਦੇ ਵਿੱਚ ਖਿਲਕਾਰੀਆਂ ਪਾਉਂਦੀ ਫਿਰਿਆ ਕਰੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਾਂ ਬੀਜੀ ਕਹਿੰਦੇ ਨੇ ਕਿ ਪ੍ਰੀਤ ਦਾ ਟੈਸਟ ਕਰਵਾ ਲਵੋ ਲੈਟ ਅਸ ਨੋ ਕਿ ਮੁੰਡਾ ਹੈ ਜਾਂ ਕੁੜੀ ਕੀ ਮਤਲਬ ਤੁਹਾਡਾ ਮੁੰਡਾ ਜਾਂ ਕੁੜੀ ਤੁਸੀਂ ਕੀ ਸੋਚਦੇ ਹੋ ਕਿ ਜੇ ਕੁੜੀ ਹੋਵੇ ਤਾਂ ਮੈਂ ਉਸਨੂੰ ਮਾਰ ਦਿਆਂ ਖਤਮ ਕਰ ਦਿਆਂ ਚੱਲ ਜੇ ਅਸੀਂ ਪੜ੍ਹੀਆਂ ਲਿਖੀਆਂ ਨਹੀਂ ਸੀ ਤਾਂ ਘਰ ਦਾ ਤਾਂ ਸਾਰਾ ਕੰਮ ਕਰਦੀਆਂ ਸੀਗੀਆਂ ਉਦੋਂ ਕੁੜੀ ਜੰਮਦੀ ਸੀ ਨਾ ਘੜੇ 'ਚ ਪਾ ਕੇ ਦੱਬੇ ਆਉਂਦੇ ਸੀ ਕਹਿੰਦੇ ਸੀ ਮੁੰਨੜੀ ਆਪ ਨਾ ਆਈ ਵੀਰੇ ਨੂੰ ਕੱਤੀ ਆਹੋ ਮੈਂ ਹੀ ਪਾਗਲ ਸੀ ਮੈਂ ਹੀ ਕਮਲੀ ਸੀ ਜਿਹੜੀ ਤੇਰੇ ਨਾਲ ਮੱਥਾ ਮਾਰਨ ਲੱਗ ਗਈ ਦੇਖ ਨਹੀਂ ਤਾਂ ਮੁੰਡੇ ਤਾਂ ਵੱਡੇ ਵੱਡੇ ਆਫਿਸਰ ਬਣਦੇ ਹੀ ਨੇ ਪਰ ਉਹ ਮਾਂ ਬਾਪ ਕਿੰਨਾ ਫਕਰ ਮਹਿਸੂਸ ਕਰਦੇ ਨੇ ਜਿਨ੍ਹਾਂ ਦੀਆਂ ਕੁੜੀਆਂ ਵੱਡੀਆਂ ਵੱਡੀਆਂ ਆਫਿਸਰ ਬਣਦੀਆਂ ਨੇ ਮੁਲਕ ਦੀ ਸੇਵਾ ਕਰਦੀਆਂ ਨੇ ਲੀਡਰ ਬਣਦੀਆਂ ਨੇ ਯਾਰ ਮੈਂ ਸੁਣਿਆ ਵੀ ਸਰਕਾਰ ਨੇ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਕਰਦੀ ਨਾ ਯਾਰ ਫੀਮ ਫੂਮ ਦੇ ਵਿੱਚ ਵੀ ਭੋਰਾ ਗੰਜਾਇਸ਼ ਰੱਖੀ ਆ ਕਿ ਨਹੀਂ ਸਮਾਜ ਵਿੱਚ ਇਹ ਕਿੰਨੀ ਵੱਡੀ ਕੁਰੀਤੀ ਹੈਗੀ ਜੀ ਬਿਲਕੁਲ ਹਾਂ ਇਸ ਨੂੰ ਦੂਰ ਕਰਨ ਵਾਸਤੇ ਅਸੀਂ ਹਰ ਥਾਂ ਜਿਵੇਂ ਇੱਕ ਚੀਜ਼ ਨੂੰ ਆਪਾਂ ਬਾਰ ਬਾਰ ਕਹੀਏ ਤਾਂ ਲੋਕਾਂ ਦੇ ਕਿਤੇ ਨਾ ਕਿਤੇ ਤਾਂ ਸੱਟ ਵੱਜੂਗੀ ਨਾ ਰਿਪੀਟ ਕਰੀਏ ਬਾਰ ਬਾਰ ਕਹੀਏ ਤਾਂ ਮੈਂ ਕਹਿੰਦੀ ਹਾਂ ਜੇ ਸੌਵਾਂ 'ਚੋਂ ਦੋ ਬੰਦਿਆਂ ਦੇ ਦਿਮਾਗ 'ਚ ਵੀ ਗੱਲ ਪੈ ਜੇ ਕਿ ਕੁੜੀਆਂ ਨੂੰ ਬਰਾਬਰ ਦਾ ਹਿੱਸਾ ਘਰ 'ਚ ਵੀ ਦੇਣਾ ਚਾਹੀਦਾ ਤਾਂ ਸ਼ਾਇਦ ਵੀ ਇਸ ਪਾਸੇ ਅਸੀਂ ਸਫਲਤਾ ਪ੍ਰਾਪਤ ਕਰ ਲਈ ਜੀ ਸੋ ਇਸ ਵਿਸ਼ੇ 'ਤੇ ਤੁਹਾਡਾ ਨਾਟਕ ਹੈ ਜੋ ਕਿ ਤੁਸੀਂ ਇੱਥੇ ਬ੍ਰੈਂਪਟਨ 'ਚ ਖੇਡਣ ਜਾ ਰਹੇ ਹੋ ਹਾਂਜੀ ਬ੍ਰੈਂਪਟਨ ਜੀ ਜੀ 8 ਜੁਲਾਈ ਨੂੰ ਰੂਸ ਥੀਏਟਰ ਵਿੱਚ 3 ਤੋਂ ਲੈ ਕੇ 5 ਵਜੇ ਤੱਕ ਹੈ ਜੀ ਬਹੁਤ ਵਧੀਆ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਅੰਤ ਵਿੱਚ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮੈਂ ਇਹੀ ਕਹਾਂਗੀ ਕਿ ਤੁਸੀਂ ਸਾਰੇ ਜਣੇ ਪਰਿਵਾਰ ਸਮੇਤ ਇਹ ਨਾਟਕ ਜ਼ਰੂਰ ਦੇਖਣ ਆਇਓ ਇਹ ਸਿਰਫ ਨਾਟਕ ਭਰੂਣ ਹੱਤਿਆ ਦੇ ਮਤਲਬ ਐਂ ਕੋਈ ਹੱਤਿਆ ਕਰਨ ਦੀ ਗੱਲ ਨਹੀਂ ਹੈ ਬੜਾ ਰੌਚਕ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ ਵਿੱਚ ਗੀਤ ਵੀ ਹੈ ਮਿਊਜ਼ਿਕ ਵੀ ਹੈ ਔਰ ਹਾਸੇ ਖੇਡੇ ਦਾ ਵੀ ਮਾਹੌਲ ਹੈ ਤੁਸੀਂ ਦੇਖਿਓ ਸਹੀ ਤੁਹਾਨੂੰ ਦੇਖ ਕੇ ਬਹੁਤ ਚੰਗਾ ਲੱਗੂਗਾ ਔਰ ਤੁਸੀਂ ਉਸ 'ਤੇ ਅਸਰ ਵੀ ਕਰੋਗੇ ਪਰ ਆਇਓ ਸਾਰੇ ਜਣੇ
मैं सच्ची कह रही हूँ और बहुत अच्छा नाटक है। बहुत बहुत शुक्रिया जी ऋषि जी, थोड़ा प्रोग्राम चुनने लिए बहुत बहुत धन्यवाद। ਫੇਸ਼ੀਅਲ ਤੂੰ ਕਰਾਇਆ ਸੀ, ਸੁਰਖੀ ਬਿੰਦੀ ਵੀ ਲਵਾਈ ਸੀ, ਕਈ ਸਾਰੇ ਪਿੰਡ ਚਾਚੇ ਤੇਰੇ ਭੂਆ ਸ਼ਕੀਨੀ ਲਾਈ ਸੀ, ਰੰਗ ਤੇਰਾ ਹੁਣ ਪੀਲਾ ਪੈ ਗਿਆ, ਹਾਲ ਕੀ ਗੱਲ ਬੂਥੇ ਦਾ, ਲੈ ਲਾ ਨਜ਼ਾਰਾ ਲੈ ਲਾ ਨਜ਼ਾਰਾ।